ਇੱਕ ਇਹਨਾਂ ਦੀ ਐਮ ਐਲ ਏ ਬਣਨ ਤੋਂ ਬਾਅਦ ਕਹਿੰਦੀ ਕਿ ਮੇਰਾ ਸੁਪਨਾ ਪੂਰਾ ਹੋ ਗਿਆ, ਮੈਂ ਸਵਿਟਜ਼ਰਲੈਂਡ ਦੀ ਸੈਰ ਕਰ ਲਈ। ਉਹ ਬੀਬੀ ਨੂੰ ਕੋਲ ਸਵਿਟਜ਼ਰਲੈਂਡ ਜੋਗੇ ਪੈਸੇ ਕਿੱਥੋਂ ਆ ਗਏ? ਇੱਕ ਇਹਨਾਂ ਦੇ ਐਮ ਐਲ ਏ ਜਿਹੜੇ ਹੁਣ ਮੰਤਰੀ ਬਣ ਜਾਣੇ ਹੈਗੇ ਨੇ, ਉਹਨਾਂ ਦੀ ਕਾਫੀ ਗੂੜੀ ਰਿਸ਼ਤੇਦਾਰੀ ਵੀ ਦੱਸੀ ਜਾਂਦੀ ਹੈਗੀ ਨਾ, ਦਿੱਲੀ ਵਾਲਿਆਂ ਦੇ ਨਾਲ ਚੰਗੇ ਸੰਬੰਧ। ਉਹ ਪਿੱਛੇ ਜੇ ਡੁਬਈ ਚਲ ਗਏ ਹੈਗੇ ਨੇ, ਬੁਰਜ ਖਲੀਫਾ ਵੇਖਣ ਚਲ ਗਏ ਹੈਗੇ, ਤੇ ਉਹਦੇ ਚ ਵੇਖਦਿਆਂ ਕਿਉਂਕਿ ਡੁਬਈ ਬਿਲਡਿੰਗਾਂ ਦਾ ਸ਼ਹਿਰ ਆ, ਕਹਿੰਦੇ ਯਾਰ ਇਹੋ ਜਿਹੀਆਂ ਬਿਲਡਿੰਗਾਂ ਵੇਖ ਕੇ ਤੇ ਬੇਈਮਾਨੀ ਕਰਨ ਨੂੰ ਦਿਲ ਕਰਦਾ ਹੈਗਾ। ਇੱਕ ਇਹਨਾਂ ਦਾ ਹੋਰ ਹੈ, ਨਵਾਂ ਨਵਾਂ ਐਮ ਐਲ ਏ ਬਣਿਆ ਵਾ, ਵਿਚਾਰਾ ਮੇਰੇ ਵਾਂਗੂ ਮਹਾਤੜ ਹੀ ਹਨਾ, ਪੰਜ ਕੀ ਮਰਲਿਆਂ ਦੇ ਘਰ ਹੀ, ਉਹ ਅੱਜ ਕੱਲ੍ਹ ਮੁੱਛਾਂ ਨੂੰ ਤਾ ਵੜਾ ਦਿੰਦਾ, ਐਂ ਕਰਦਾ ਰਹਿੰਦਾ ਹੈਗਾ। ਸੰਦੀਪ ਹੋਟਲ ਤਾਜ ਚੰਡੀਗੜ੍ਹ ਦੇ ਵਿੱਚ ਲਗਾਤਾਰ 40 ਦਿਨ ਰਿਹਾ, ਉੱਥੇ 15,000 ਦਾ ਕਮਰਾ ਤੇ ਮੈਨੂੰ ਲੱਗਦਾ 5,000 ਦਾ 3 ਟਾਈਮ ਦਾ ਰੋਟੀ ਪਾਣੀ ਹੋਊਗਾ। ਪਤਾ ਨਹੀਂ ਹੋਰ ਕੀ ਹੋਟਲ ਦੇ ਵਿੱਚ ਸੁਗਾਤਾਂ ਮਿਲੀਆਂ ਹੋਣਗੀਆਂ, ਕੀ ਖਾਧਾ ਤੇ ਕੀ ਨਹੀਂ ਖਾਧਾ, ਕੀ ਪੇਸ਼ ਹੋਇਆ ਤੇ ਕੀ ਕੁਝ ਨਹੀਂ ਪੇਸ਼ ਹੋਇਆ। 20,000 ਰੁਪਈਆ ਆਪਾਂ ਲਾ ਕੇ ਚੱਲੀਏ ਤੇ 40 ਦਿਨਾਂ ਨੂੰ 20,000 ਨਾਲ ਗੁਣਾ ਕਰ ਲਓ ਕਿੰਨਾ ਪੈਸਾ ਬਣ ਗਿਆ, 8,00,000 ਰੁਪਈਆ। ਉਹ 8,00,000 ਰੁਪਈਆ ਦਿੱਤਾ ਕਿੰਨੇ? ਤੇ ਫਿਰ ਕਹਿੰਦੇ ਜੀ ਸਾਡੀ ਸੁਣਵਾਈ ਨਹੀਂ ਹੁੰਦੀ। ਬੰਦਾ ਸਵਿਟਜ਼ਰਲੈਂਡ ਦੀਆਂ ਸੈਰਾਂ ਕਰ ਰਿਹਾ, ਬੰਦਾ ਡੁਬਈ ਦੀਆਂ ਸੈਰਾਂ ਕਰ ਰਿਹਾ, ਵੀ ਯਾਰ ਬੇਈਮਾਨੀ ਕਰਨ ਨੂੰ ਦਿਲ ਕਰਦਾ, ਹਾਲਾਂਕਿ ਕਰ ਰਹੇ ਹੋਣਗੇ ਕਿ ਨਹੀਂ ਕਰ ਰਹੇ, ਰੱਬ ਨੂੰ ਜਾਣਦੇ ਨਹੀਂ ਹੈਗੇ ਪਤਾ ਨਹੀਂ ਕੀ ਹੁੰਦਾ ਕਿ ਨਹੀਂ ਹੁੰਦਾ। ਇੱਕ 40 ਦਿਨ ਇੱਕ ਬੰਦੇ ਦੀ ਔਕਾਤ ਚੰਗਾ ਮੋਬਾਈਲ ਲੈਣ ਦੀ ਨਹੀਂ ਸੀ, ਉਹ ਹੋਟਲ ਦੇ ਵਿੱਚ 40 ਦਿਨ ਲਗਾਤਾਰ 5-star ਹੋਟਲ ਦੇ ਵਿੱਚ ਰਿਹਾ ਹੋਵੇ, ਫਿਰ ਕਹਿੰਦੇ ਭਗਵੰਤ ਮਾਨ ਸਾਡੀ ਸੁਣਵਾਈ ਨਹੀਂ ਕਰਦਾ ਹੈਗਾ। ਇੱਕ ਇਹਨਾਂ ਦੀ ਐਮ ਐਲ ਏ ਬਣਨ ਤੋਂ ਬਾਅਦ ਕਹਿੰਦੀ ਕਿ ਮੇਰਾ ਸੁਪਨਾ ਪੂਰਾ ਹੋ ਗਿਆ, ਮੈਂ ਸਵਿਟਜ਼ਰਲੈਂਡ ਦੀ ਸੈਰ ਕਰ ਲਈ। ਉਹ ਬੀਬੀ ਨੂੰ ਕੋਲ ਸਵਿਟਜ਼ਰਲੈਂਡ ਜੋਗੇ ਪੈਸੇ ਕਿੱਥੋਂ ਆ ਗਏ? ਹੋ ਸਕਦਾ ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਨੇ ਦੇ ਦਿੱਤੇ ਹੋਣ। ਬੰਦਾ ਐਮ ਐਲ ਏ ਬਣਨ ਤੋਂ ਇੱਕ ਸਵਿਟਜ਼ਰਲੈਂਡ ਦੀ ਸੈਰ ਕਰੇ, ਉਹ ਆਪਣੇ ਆਪ 'ਚ ਵੱਡਾ ਸੁਪਨਾ। ਪਹਿਲਾਂ ਕਿਉਂ ਨਹੀਂ ਸਵਿਟਜ਼ਰਲੈਂਡ ਦੀ ਸੈਰ ਕਰ ਰਹੇ ਹੈਗੇ ਨੇ? ਸੈਨੇਗਲ ਵੀਜ਼ਾ ਲੱਗ ਗਿਆ, ਸਵਿਟਜ਼ਰਲੈਂਡ ਚਲ ਗਿਆ ਹੈਗੇ ਨੇ, ਘੱਟੋ ਘੱਟ ਇਕੱਲੇ ਜਾਣੇ ਦਾ ਤਾਂ ਮੈਨੂੰ ਲੱਗਦਾ 8-9 ਲੱਖ ਰੁਪਏ ਦਾ ਖਰਚਾ ਹੋਊਗਾ। ਇੱਕ ਇਹਨਾਂ ਦੇ ਐਮ ਐਲ ਏ ਜਿਹੜੇ ਹੁਣ ਮੰਤਰੀ ਬਣ ਜਾਣੇ ਹੈਗੇ ਨੇ, ਉਹਨਾਂ ਦੀ ਕਾਫੀ ਗੂੜੀ ਰਿਸ਼ਤੇਦਾਰੀ ਵੀ ਦੱਸੀ ਜਾਂਦੀ ਹੈਗੀ ਨਾ, ਦਿੱਲੀ ਵਾਲਿਆਂ ਦੇ ਨਾਲ ਚੰਗੇ ਸੰਬੰਧ। ਉਹ ਪਿੱਛੇ ਜੇ ਡੁਬਈ ਚਲ ਗਏ ਹੈਗੇ ਨੇ, ਬੁਰਜ ਖਲੀਫਾ ਵੇਖਣ ਚਲ ਗਏ ਹੈਗੇ, ਤੇ ਉਹਦੇ ਚ ਵੇਖਦਿਆਂ ਕਿਉਂਕਿ ਡੁਬਈ ਬਿਲਡਿੰਗਾਂ ਦਾ ਸ਼ਹਿਰ ਆ, ਕਹਿੰਦੇ ਯਾਰ ਇਹੋ ਜਿਹੀਆਂ ਬਿਲਡਿੰਗਾਂ ਵੇਖ ਕੇ ਤੇ ਬੇਈਮਾਨੀ ਕਰਨ ਨੂੰ ਦਿਲ ਕਰਦਾ ਹੈਗਾ। ਹੁਣ ਕਮਾਲ ਇਹ ਵੀ ਗੱਲ, ਇੱਕ ਇਹਨਾਂ ਦਾ ਹੋਰ ਹੈ, ਨਵਾਂ ਨਵਾਂ ਐਮ ਐਲ ਏ ਬਣਿਆ ਵਾ, ਵਿਚਾਰਾ ਮੇਰੇ ਵਾਂਗੂ ਮਹਾਤੜ ਹੀ ਹਨਾ, ਪੰਜ ਕੀ ਮਰਲਿਆਂ ਦੇ ਘਰ ਹੀ, ਉਹ ਅੱਜ ਕੱਲ੍ਹ ਮੁੱਛਾਂ ਨੂੰ ਤਾ ਵੜਾ ਦਿੰਦਾ, ਐਂ ਕਰਦਾ ਰਹਿੰਦਾ ਹੈਗਾ। ਸੰਦੀਪ ਹੋਟਲ ਤਾਜ ਚੰਡੀਗੜ੍ਹ ਦੇ ਵਿੱਚ ਲਗਾਤਾਰ 40 ਦਿਨ ਰਿਹਾ, ਉੱਥੇ 15,000 ਦਾ ਕਮਰਾ ਤੇ ਮੈਨੂੰ ਲੱਗਦਾ 5,000 ਦਾ 3 ਟਾਈਮ ਦਾ ਰੋਟੀ ਪਾਣੀ ਹੋਊਗਾ। ਪਤਾ ਨਹੀਂ ਹੋਰ ਕੀ ਹੋਟਲ ਦੇ ਵਿੱਚ ਸੁਗਾਤਾਂ ਮਿਲੀਆਂ ਹੋਣਗੀਆਂ, ਕੀ ਖਾਧਾ ਤੇ ਕੀ ਨਹੀਂ ਖਾਧਾ, ਕੀ ਪੇਸ਼ ਹੋਇਆ ਤੇ ਕੀ ਕੁਝ ਨਹੀਂ ਪੇਸ਼ ਹੋਇਆ। 20,000 ਰੁਪਈਆ ਆਪਾਂ ਲਾ ਕੇ ਚੱਲੀਏ ਤੇ 40 ਦਿਨਾਂ ਨੂੰ 20,000 ਨਾਲ ਗੁਣਾ ਕਰ ਲਓ ਕਿੰਨਾ ਪੈਸਾ ਬਣ ਗਿਆ, 8,00,000 ਰੁਪਈਆ। ਉਹ 8,00,000 ਰੁਪਈਆ ਦਿੱਤਾ ਕਿੰਨੇ? ਤੇ ਫਿਰ ਕਹਿੰਦੇ ਜੀ ਸਾਡੀ ਸੁਣਵਾਈ ਨਹੀਂ ਹੁੰਦੀ। ਬੰਦਾ ਸਵਿਟਜ਼ਰਲੈਂਡ ਦੀਆਂ ਸੈਰਾਂ ਕਰ ਰਿਹਾ, ਬੰਦਾ ਡੁਬਈ ਦੀਆਂ ਸੈਰਾਂ ਕਰ ਰਿਹਾ, ਵੀ ਯਾਰ ਬੇਈਮਾਨੀ ਕਰਨ ਨੂੰ ਦਿਲ ਕਰਦਾ, ਹਾਲਾਂਕਿ ਕਰ ਰਹੇ ਹੋਣਗੇ ਕਿ ਨਹੀਂ ਕਰ, ਰੱਬ ਨੂੰ ਜਾਣਦੇ ਨਹੀਂ ਹੈਗੇ ਪਤਾ ਨਹੀਂ ਕੀ ਹੁੰਦਾ ਕਿ ਨਹੀਂ ਹੁੰਦਾ। ਇੱਕ 40 ਦਿਨ ਜਿਸ ਇੱਕ ਬੰਦੇ ਦੀ ਔਕਾਤ ਚੰਗਾ ਮੋਬਾਈਲ ਲੈਣ ਦੀ ਨਹੀਂ ਸੀ, ਉਹ ਹੋਟਲ ਦੇ ਵਿੱਚ 40 ਦਿਨ ਲਗਾਤਾਰ 5-star ਹੋਟਲ ਦੇ ਵਿੱਚ ਰਿਹਾ ਹੋਵੇ, ਫਿਰ ਕਹਿੰਦੇ ਭਗਵੰਤ ਮਾਨ ਸਾਡੀ ਸੁਣਵਾਈ ਨਹੀਂ ਕਰਦਾ ਹੈਗਾ। ਜਦੋਂ ਆਪਾਂ ਵੀ ਸੱਚ ਬਿਆਨ ਕਰ ਦਿੰਦੇ ਹਾਂ ਨਾ ਕੈਮਰੇ ਦੇ ਸਾਹਮਣੇ, ਤਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਕਹਿ ਲਓ, ਜਿਨ੍ਹਾਂ ਦੇ ਅੱਖਾਂ 'ਤੇ ਪੱਟੀਆਂ ਬੰਨੀਆਂ, ਉਹ ਕਹਿੰਦੇ ਹੁਣ ਇਹਨਾਂ 'ਤੇ ਆਮ ਘਰਾਂ ਦੀ ਚੜ੍ਹਾਈ ਜਰੀ ਨਹੀਂ ਜਾਂਦੀ, ਇਹ ਬਹਿ ਕੇ ਗੱਲਾਂ ਮਾਰਦੇ ਆ, ਆਮ ਘਰਾਂ ਵਾਲਾ ਕੀ ਐਸ਼ ਨਹੀਂ ਕਰ ਸਕਦਾ।
ਕਰੋ ਆਪਣੇ ਪੈਸੇ ਨਾ ਕਰੋ ਯਾਰ, ਸਪੋਂਸਰ ਕਿਉਂ ਕਰਵਾਉਂਦੇ ਹੋ ਗਏ ਹੋ ਲੋਕ ਦੂਜੇ ਲੋਕੇ ਨੇ? ਬਾਕੀ ਜਿਹੜੇ ਕਾਂਗਰਸ ਦੇ ਜਿਹੜੇ ਐੱਮ ਐੱਲ ਏ ਬਣੇ ਨੇ ਜਾਂ ਜਿਹੜੇ ਅਕਾਲੀ ਦਲ ਦੇ ਐੱਮ ਐੱਲ ਏ, ਉਹ ਕਿਤੇ ਸੋਨੇ ਦੇ ਚਮਚਿਆਂ ਦੇ ਨਾਲ ਗੁੜਤੀਆਂ ਦੇ ਕੇ ਪੈਦਾ ਹੋਏ? ਇੱਕਾ ਦੁੱਕਾ ਨੂੰ ਛੱਡ ਕੇ ਤੁਸੀਂ ਦੇਖ ਲਓ ਕਿਹੜੇ ਐੱਮ ਐੱਲ ਏ ਆਮ ਘਰਾਂ ਦੇ ਐੱਮ ਐੱਲ ਏ ਆ, ਇਹ ਕੋਈ ਨਵੇਂ ਥੋੜ੍ਹੇ ਹੈਗੇ ਨੇ। ਦਲਬੀਰ ਗੋਲਡੀ ਉਹਦੇ ਕਿਹੜੇ ਕਿ ਬਾਪੂ ਕਿਤੇ ਨਾਭਾ ਰਿਆਸਤ ਦੇ ਨਾਲ ਸੀ, ਉਹ ਵੀ ਆਮ ਕਰਦਾ ਸੀ। ਰਾਜਾ ਅਮਰਿੰਦਰ ਸਿੰਘ ਵੜਿੰਕੀ ਸੀ, ਬਹੁਤ ਸਾਰੇ ਇੱਦਾਂ ਦੇ, ਤੁਸੀਂ ਸਾਰਿਆਂ ਦੇ ਨਾਮ ਗਿਣਾ ਲਓ, ਕਿਹੜਾ ਐੱਮ ਐੱਲ ਏ ਜਿੰਦ ਮਰਜ਼ੀ ਰੱਖ ਲਓ, ਵੀ ਸਾਰੇ ਲਗਭਗ 80% ਦੇ ਐੱਮ ਐੱਲ ਏ ਆਮ ਘਰਾਂ ਦੇ ਵਿੱਚ, ਇਹਨਾਂ ਦੇ ਵਿੱਚ ਨਵੇਂ ਤਾਂ ਨਹੀਂ ਕੋਈ ਹੈਗੇ ਨੇ। 60 ਤਾਂ ਉਹ ਨੇ ਜਿਹੜੇ ਇਹਨਾਂ ਦੇ ਅਤੇ ਅਕਾਲੀ ਅਤੇ ਕਾਂਗਰਸ 'ਚੋਂ ਆਏ ਨੇ, 5-7 ਨੂੰ ਛੱਡ ਕੇ ਹੀ ਆਮ ਕਰ, ਬਾਕੀ ਦੇ ਸਾਰੇ ਰਾਜੇ ਨੇ ਕਿਹਾ ਹੈ ਨਾ। ਇਹ ਤਾਂ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਨੇ, ਉਹ ਬਾਕੀ ਤੁਹਾਡੇ ਵਾਂਗੂ ਇਹ ਥੋੜ੍ਹਾ ਕਹਿੰਦੇ ਰਹੇ ਕਿ ਅਸੀਂ ਕੱਟਣ ਇਮਾਨਦਾਰ ਹਾਂ, ਕਹਿਣ ਦੇ ਨਾਲ ਕੱਟਣ ਮਾਰਦਾਰ ਥੋੜ੍ਹਾ ਹੁੰਦਾ। ਹੁਣ ਜਿਹੜੇ ਬੰਦੇ ਸਵਿਟਜ਼ਰਲੈਂਡ ਦੀ ਸੈਰ ਕਰ ਰਹੇ, ਡਬਈ ਜਾ ਕੇ ਕਹਿੰਦੇ ਬੇਈਮਾਨੀ ਨੂੰ ਕਰਨ ਨੂੰ ਦਿਲ ਕਰਦਾ, ਅਤੇ 40 ਦਿਨ ਲਗਾਤਾਰ ਤਾਜ ਹੋਟਲ ਦੇ ਵਿੱਚ ਉਹਨੂੰ ਠਹਿਰਾਇਆ ਗਿਆ, ਫਿਰ ਇਹਦੇ ਦੱਸੋ ਭਗਵੰਤ ਮਾਨ ਮਾੜਾ ਕਿਵੇਂ ਹੋ ਗਿਆ ਜੀ? ਮਤਲਬ ਮੈਨੂੰ ਲੱਗਦਾ ਕਿ ਇਹਨਾਂ ਦੇ ਐੱਮ ਐੱਲ ਏ ਕੰਮ ਵੀ ਕਰ ਰਹੇ ਨੇ, ਕਾਲੇ ਚਿੱਟੇ ਜੋ ਵੀ ਕਰ ਰਿਹਾ, ਸਾਰੀਆਂ ਦੇ ਦੁਕਾਨਾਂ ਸੋਹਣੀਆਂ ਚੱਲਦੀਆਂ ਹੈਗੀਆਂ, ਕੋਈ ਰੋਪੜਾ ਕੇ ਮਾਈਨਿੰਗ ਕਰੀ ਜਾ ਰਿਹਾ ਪਟਿਆਲੇ ਤੋਂ ਆ ਕੇ, ਕੋਈ ਪਟਿਆਲੇ ਦੇ ਵਿੱਚ ਹੀ ਨਵੇਂ ਸੰਦ ਲੈ ਕੇ ਮਾਈਨਿੰਗ ਕਰੀ ਜਾ ਰਿਹਾ ਹੈ ਨਾ, ਕੰਪਨੀਆਂ ਆਪਣੇ ਵੱਲ 'ਤੇ ਕਬਜ਼ਾ ਕਰ ਲਿਆ, ਕਈਆਂ ਨੇ ਉੱਥੇ ਜਿਹੜੀ ਆ ਮਾਈਨਿੰਗ ਆ ਬਠਿੰਡੇ, ਮਾਈਨਿੰਗ ਯਾਰ ਰਿਫਾਇਨਰੀ, ਉੱਥੇ ਹਿੱਸਾ ਪੱਤੀ ਪਾ ਲਿਆ, ਟਰੱਕ ਯੂਨੀਅਨ ਟਰਾਂਸਪੋਰਟ ਯੂਨੀਅਨ ਖੋਲਿਆ, ਕੋਈ ਇੱਕ ਬਣਾਵਾਲੀ ਦੇ ਵਿੱਚ ਵੀ ਇੱਕ ਉਹ ਹੈਗੀ ਆ ਆਪਣਾ ਥਰਮਲ ਪਾਵਰ ਬਣਾ, ਕਈਆਂ ਨੇ ਉੱਥੇ ਨਾਕੇ ਲਾ ਲਏ ਨੇ, ਕਈਆਂ ਨੇ ਮਹਾਰਾਜਿਆਂ ਦੇ ਰਿਸ਼ਤੇਦਾਰਾਂ ਦੇ ਮਹਿਲ ਵੀ ਖਰੀਦ ਲਏ ਪਟਿਆਲੇ, ਕਈਆਂ ਨੇ ਮਹਿਲ ਵੀ ਖਰੀਦ ਲਏ, ਅਤੇ ਫਿਰ ਭਗਵੰਤ ਮਾਨ ਮੈਨੂੰ ਦੱਸੋ ਮਾੜਾ ਕਿਵੇਂ ਹੋ ਗਿਆ ਨਾ? ਸਾਰੇ ਮੰਤਰੀਆਂ ਦੇ ਕੰਮ, ਕਿਹੜੇ ਮੰਤਰੀ ਦਾ ਕੰਮ ਨਹੀਂ ਹੋ ਰਿਹਾ ਯਾਰ? ਸਾਰੇ ਮੰਤਰੀਆਂ ਦੇ ਕੰਮ ਹੋ ਰਹੇ, ਕੀ ਹਰਪਾਲ ਸਿੰਘ ਚੀਮਾ ਦੇ ਕੰਮ ਨਹੀਂ ਹੋ ਰਹੇ? ਕੀ ਬਲਜੀਤ ਕੌਰ ਦੇ ਕੰਮ ਨਹੀਂ ਹੋ ਰਹੇ? ਬਲਕਾਰ ਸਿੰਘ ਦੇ ਕੰਮ ਨਹੀਂ ਹੋ ਰਹੇ? ਲੋਕਲ ਬਾਡੀ ਮਹਿਕਮਾ ਲਾਲਚੰਦ ਕਟਾਰੂ ਚੱਕ ਬਲਕਾਰ ਸਿੰਘ ਵਿਵਾਦਿਤ ਚਿਹਰੇ ਜਿਹੜੇ ਭਗਵੰਤ ਮਾਨ ਰੱਖੇ ਹੋਏ ਨੇ, ਫਿਰ ਕਈ ਜਿਹਦੇ ਭਗਵੰਤ ਮਾਨ ਮਾੜਾ ਹੈਗਾ ਨਾ, ਇਹਦੇ ਉਹ ਨਾ ਮਾਸਟਰ ਜੀ ਦੇ ਮੁੰਡੇ ਨੂੰ ਬਦਨਾਮ ਹੀ ਕਰੀ ਜਾ ਰਹੇ ਯਾਰ, ਓਪੋਜੀਸ਼ਨ ਵਾਲੇ ਤਾਂ ਕਰੀ ਜਾਣ ਉਹ ਤਾਂ ਆਪਣੇ ਹੀ ਕਰੀ ਜਾ ਰਹੇ ਹੈਗੇ ਨੇ। ਇਸ ਕਰਕੇ ਆ ਜਿਹੜੀ ਖਬਰ ਛਪੀ ਜਾਂ ਛੁਪਵਾਈ ਜਾਂ ਬਹੁਤ ਕੁਝ ਉਹਦੀ ਖਬਰ ਦੇ ਵਿੱਚ ਰਹਿ ਗਿਆ, ਇੱਕ ਬੈਲੈਂਸ ਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਲੱਗਦਾ ਸਪੀਕਰ ਅਤੇ ਮੁੱਖ ਮੰਤਰੀ ਦੇ ਵਿੱਚ ਕਦੀ ਵੀ ਵਿਵਾਦ ਨਹੀਂ। ਔਰ ਦੂਜੀ ਗੱਲ ਸੰਦੀਪ, ਜਿਹੜੀ ਨੈਸ਼ਨਲ ਪਾਰਟੀ ਹੁੰਦੀ ਨਾ, ਨੈਸ਼ਨਲ ਪਾਰਟੀ ਦੇ ਵਿੱਚ ਹਮੇਸ਼ਾ ਹੀ ਜਿਹੜੀ ਦਿੱਲੀ ਬੈਠ ਕੇ ਲੋਕ ਸਰਕਾਰ ਚਲਾਉਂਦੇ, ਉਹ ਹਮੇਸ਼ਾ ਦੋ ਪਾਵਰ ਸੈਂਟਰ ਰੱਖਦੇ ਨੇ ਤਿਆਰ, ਕਿਸੇ ਦੀ ਲੋੜ ਪੈ ਸਕਦੀ, ਬਸ ਉਂਗਲ ਦੇਣ ਵਾਲੀ ਗੱਲ ਹੁੰਦੀ ਹੈ। ਕਾਂਗਰਸ ਵੇਲੇ ਦੇਖ ਲਓ, ਆਪਾਂ ਸ਼ੁਰੂ ਤੋਂ ਚੱਲਦੇ, ਜਿੰਨਾ ਕਿ ਮੈਨੂੰ ਲੱਗਦਾ, ਗਿਆਨੀ ਜੈਲ ਸਿੰਘ, ਦਰਬਾਰਾ ਸਿੰਘ, ਹਰਚੰਦ ਸਿੰਘ ਬਰਾੜ, ਬੇਅੰਤ ਸਿੰਘ ਅਤੇ ਹਰਚੰਦ ਸਿੰਘ ਬਰਾੜ, ਹਰਚੰਦ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਫਿਰ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਸ਼ਮਸ਼ੇਰ ਸਿੰਘ ਦੁੱਲੋ, ਇਹ ਚੱਲਦਾ ਹੀ ਰਿਹਾ ਹੈਗਾ। ਫਿਰ ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ, ਫਿਰ ਨਵਜੋਤ ਸਿੰਘ ਸਿੱਧੂ ਉਹ ਆਊਟ ਹੀ ਹੋ ਗਏ, ਚਲੋ ਅੱਜ ਹੋਰ ਆਪਣੇ ਰੁਝੇਵਿਆਂ ਦੇ ਵਿੱਚ। ਅਤੇ ਆਮ ਆਦਮੀ ਪਾਰਟੀ ਵੀ, ਉਹਨਾਂ ਨੂੰ ਲੱਗਾ ਕਿ ਭਗਵੰਤ ਮਾਨ ਦੇ ਬਰਾਬਰ ਕਿਹਨੂੰ ਪਾਵਰ ਸੈਂਟਰ ਕਿਹਨੂੰ ਬਣਾਇਆ ਜਾ ਸਕਦਾ। ਪਹਿਲਾਂ ਉਹਨਾਂ ਨੇ ਕੀਤੀ ਪ੍ਰਿੰਸੀਪਲ ਬੁੱਧ ਰਾਮ ਨੂੰ, ਕਾਰਜਕਾਰੀ ਪ੍ਰਧਾਨ ਬਣਾ ਦਿਉ, ਉਹ ਵਿਚਾਰਾ ਆਪਣੇ ਹਲਕੇ 'ਚੋਂ ਬੁਰੀ ਤਰ੍ਹਾਂ ਹਾਰ ਗਿਆ। ਫਿਰ ਸੋਚਿਆ ਕਿਹਨੂੰ ਪਾਵਰ ਸੈਂਟਰ ਹੋਰ ਕਿਹਨੂੰ ਦਿੱਤਾ ਜਾ ਸਕਦਾ, ਕੁਲਤਾਰ ਸਿੰਘ ਸੰਧਵਾਂ ਨੂੰ, ਸੈਂਟਰ ਵਾਲੇ ਦਿੱਲੀ ਹਾਈਕਮਾਂਡ ਨੇ ਕੁਲਤਾਰ ਸਿੰਘ ਸੰਧਵ ਨੂੰ ਹਵਾ ਦੇ ਦਿੱਤੀ ਹੈਗੀ ਵੀ ਚੱਕ ਦੇ ਫੱਟੇ ਤੇਰੇ ਨਾਲ ਹੀ ਆ, ਕਿਉਂਕਿ ਉਹਨਾਂ ਨੇ ਸੱਤਾ ਸੰਭਾਲ ਕੇ ਰੱਖੀ ਹੈਗੀ ਆ। ਜੇ ਦੋ ਜਾਣਿਆਂ ਨੂੰ ਨਹੀਂ ਲੜਾਉਣਗੇ ਜਾਂ ਦੋ ਪਾਵਰ ਸੈਂਟਰ ਨਹੀਂ ਬਣਾਉਣਗੇ, ਫਿਰ ਤਾਂ ਉਹਨਾਂ ਨੂੰ ਪੁੱਛੂਗਾ ਕੌਣ? ਫਿਰ ਉਹਨਾਂ ਦੇ ਜਿਹੜੇ ਅਸਲੀ ਨਕਲੀ ਜਰਨੈਲ
ਉਹਨਾਂ ਨੂੰ ਇੱਥੇ ਕਿਸੇ ਬਾਤ ਨਹੀਂ ਪੁੱਛਣੀ ਹੈਗੀ, ਅਤੇ ਇਸ ਕਰਕੇ ਹੁਣ ਵਿਚੋਲਗੀ ਕਿਹਨੇ ਕਰਵਾ ਦਿੱਤੀ ਹੈਗੀ? ਸੰਜੇ ਸਿੰਘ, ਸੰਜੇ ਸਿੰਘ ਹੁਣੀ ਕੌਣ ਆ? ਉਹ ਕਿਹਦੇ ਖਾਸ? ਉਹ ਸਾਰਿਆਂ ਨੂੰ ਪਤਾ ਹੈਗਾ। ਹੁਣ ਕਿੱਥੇ ਗਏ ਨੇ ਸੰਦੀਪ ਪਾਠਕ? ਉਹ ਮੀਟਿੰਗ 'ਚ ਨਹੀਂ। ਰਾਘਵ ਚੱਡਾ ਸਾਹਿਬ, ਉਹ ਮੀਟਿੰਗ 'ਚ ਨਹੀਂ ਆ। ਉਹ ਜਿਹੜਾ ਨਾਮ ਦਾ ਵੈਸੇ ਨਾਮ ਤਾਂ ਜਰਨੈਲ ਸਿੰਘ ਆ, ਪਰ ਕਾਰਜਕਾਰੀ ਪਾਰਟੀ ਮਾਮਲਿਆਂ ਦੇ ਚਾਰਜ ਜਿਹੜੇ ਨਾਮ ਦਾ ਜਰਨੈਲ ਆ, ਉਹ ਵੀ ਨਹੀਂ ਦਿਖੇ ਹੈਗੇ। ਇਹ ਹੁਣ ਜਿਹੜੀ ਲੜਾਈ ਇਹ ਚੱਲ ਰਹੀ, ਹੁਣ ਭਗਵੰਤ ਮਾਨ ਸਾਹਿਬ ਨੂੰ ਇੱਕ ਤਾਂ ਵਿਰੋਧੀਆਂ ਨੇ ਘੇਰ ਕੇ ਬੈਠੇ ਨੇ, ਇੱਕ ਉਹਦੇ ਆਪਣੇ ਘੇਰ ਕੇ ਬੈਠੇ ਨੇ, ਤੀਜਾ ਸੈਂਟਰ ਨਾਲ ਪੰਗਾ ਵੀ ਪ੍ਰੋਜੈਕਟ ਜਿਹੜੇ ਰਿਜੈਕਟ ਹੋ ਰਹੇ ਨੇ ਪੈਸਾ, ਚੌਥਾ ਗਵਰਨਰ ਸਾਹਿਬ ਨਾਲ ਪੇਚਾ। ਅਤੇ ਇਸ ਕਰਕੇ ਉਹ ਸੀ ਐੱਮ ਸਾਹਿਬ ਤਾਂ ਹੀ ਕਹਿ ਕਹਿੰਦੇ ਨੇ ਕਈ ਵਾਰ ਕਿ ਮੈਂ ਕਿਹਦੇ ਕਿਹਦੇ ਨਾਲ ਲੜਾਂ ਅਤੇ ਕਿਹਦੇ ਕਿਹਦੇ ਨਾਲ ਨਾ ਲੜਾਂ। ਮੈਨੂੰ ਲੱਗਦਾ ਕਿ ਇਹ ਜਿਹੜਾ ਮਸਲਾ ਵਾ, ਇਹ ਆਮ ਆਦਮੀ ਪਾਰਟੀ ਵਾਸਤੇ ਚੰਗਾ ਨਹੀਂ ਹੈਗਾ। ਔਰ ਕਦੀ ਵੀ ਸਪੀਕਰ ਔਰ ਮੁੱਖ ਮੰਤਰੀ ਦੇ ਵਿਚਕਾਰ ਅਗਰ ਵਿਗੜਦੀ ਹੈਗੀ ਆ, ਤਾਂ ਇਹ ਕਿਸੇ ਵੀ ਪਾਰਟੀ ਜਾਂ ਕਿਸੇ ਵੀ ਸਰਕਾਰ ਵਾਸਤੇ ਚੰਗੀ ਗੱਲ ਨਹੀਂ ਹੈ।